असलामो अलैकुम ते सत श्री अकाल सारे पंजाबी भरावां नूं वेलकम करते हैं। तो अज आपां जिहड़ा गीत लैके आए हैं वह है जी दुलीप सिंह, रणजीत बाबे का नवा गाना आया। पता दुलीप सिंह कौन सी? दुलीप सिंह नहीं पता, पता नहीं। महाराजा रणजीत सिंह का नाम तो सुनिया ही है। हाँ जी बिल्कुल सुनिया होया। ये उन्हां दा साहबजादा सी, उन्हां दा बेटा सी। उन्हां दे साहबजादा सी ਤੇ ਮਹਾਰਾਣੀ ਜਿੰਦ ਕੌਰ ਵਿੱਚੋਂ ਸੀ। ਅੱਛਾ। ਤੇ ਮਹਾਰਾਣੀ ਜਿੰਦ ਕੌਰ ਦਾ ਮਤਲਬ ਓਨਲੀ ਸਨ ਜਿਹੜਾ ਜਿਹੜਾ ਨਾ ਉਹ ਦੁਲੀਪ ਸਿੰਘ ਸੀ। ਦੁਲੀਪ ਸਿੰਘ ਤੇ ਉਹਦੇ ਉੱਤੇ ਗਾਣਾ ਜਿਹੜਾ ਆਇਆ ਤੇ ਚਲੋ ਆਪਾਂ ਸੁਣਨੇ ਆ। ਹਾਂਜੀ ਮੈਂ ਉਹੀ ਦੇਖ ਰਿਹਾ ਸੀ, ਬਹੁਤ ਜ਼ਿਆਦਾ ਰਿਕੁਐਸਟ ਆ ਰਹੀ ਸੀ ਅੱਜ ਗਾਣੇ। ਹਾਂਜੀ ਚਲੋ ਪਲੇ ਕਰਦੇ ਹਾਂ ਆਪਾਂ। ਬਹੁਤ ਸਾਰੀ ਜਿਹੜੀ ਰਿਕੁਐਸਟ ਆਉਣ ਡਈ ਸੀ ਆਪਾਂ ਨੂੰ ਇਸ ਗੀਤ ਦੀ,
ਤੇ ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਦਲੀਪ ਸਿੰਘ ਕੌਣ ਨੇ, ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸਨ, ਮਤਲਬ ਉਹਨਾਂ ਦਾ ਅੱਗੋ ਕੋਈ ਬੇਟਾ ਇਹ ਵੀ ਮਹਾਰਾਜਾ ਸਨ, ਮਹਾਰਾਜਾ ਇਹਨਾਂ ਦਾ ਮਤਲਬ ਮਹਾਰਾਜਾ ਦਲੀਪ ਸਿੰਘ ਵੀ ਕਹਿ ਸਕਦੇ ਹਾਂ, ਜਾਂ ਇਹਨਾਂ ਨੇ ਮੇਰੇ ਖਿਆਲ ਰਾਜ ਥੋੜੀ ਦੇਰ ਕੀਤਾ ਸੀ, ਨਹੀਂ 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 ਮੈਂ ਥੋੜੀ ਜਿਹੀ ਹਿਸਟਰੀ ਪੜ੍ਹੀ ਸੀ ਕਿ ਦਲੀਪ ਸਿੰਘ ਨੂੰ ਨਾ ਮਹਾਰਾਣੀ ਜਿੰਦ ਕੋਲ ਕੋਲੋਂ ਖੋ ਲਿੱਤਾ ਗਿਆ ਸੀ, ਖੋ ਕੇ ਰਾਜਨੀਤੀ ਨਾਲ ਕੀਤਾ ਗਿਆ, ਉਹਨਾਂ ਨੂੰ ਰਾਜਨੀਤੀ ਕੀਤਾ ਗਿਆ ਕਰ ਦਿੱਤਾ ਗਿਆ ਸੀ ਕੀਤਾ, ਇਸੇ ਵਜ੍ਹਾ ਤੋਂ ਕਹਿੰਦੇ ਪਏ ਕਿਉਂਕਿ ਉਹਨਾਂ ਨੂੰ ਬਾਹਰ ਲੈ ਗਏ ਸਨ ਤੇ ਮਹਾਰਾਣੀ ਜੀ ਜਿਹੜੇ ਸਨ ਰੋ ਰੋ ਕੇ ਕਹਿੰਦੇ ਨੇ ਕਿ ਅੰਨੇ ਹੋ ਗਏ ਸਨ ਇਹਨਾਂ ਦੀ ਜਦਾਈ ਵਿੱਚ, ਕਰੈਕਟ ਬਿਲਕੁਲ ਏਦਾਂ ਹੀ ਸੀ। ਤੇ ਬਾਕੀ ਜੀ ਆਪਾਂ ਜਿਹੜਾ ਇਹ ਵੀਡੀਓ ਵੇਖਿਆ ਤੇ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਇਹ ਗੀਤ, ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸੱਜਣ ਮਿੱਤਰ ਬੇਲੀਆਂ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ, ਉਹਦੇ ਨਾਲ ਸਾਡੀ ਹੌਸਲਾ ਅਫਜ਼ਾਈ ਵੀ ਹੁੰਦੀ ਹੈ ਤੇ ਸਵਾਦ ਵੀ ਆਉਂਦਾ ਜਦੋਂ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਵੀਰਾਂ ਭੈਣਾਂ ਭਰਾਵਾਂ ਚਾਚਿਆਂ ਤਾਇਆਂ ਤੱਕ ਸਾਡੀਆਂ ਵੀਡੀਓ ਪੜ੍ਹਦੀਆਂ ਨੇ, ਉਹ ਫਿਰ ਕਮੈਂਟ ਕਰਦੇ ਨੇ ਤੇ ਕਮੈਂਟ ਪੜ੍ਹ ਕੇ ਤੁਹਾਡਾ ਸਾਨੂੰ ਬੜਾ ਸਕੂਨ ਤੇ ਇੱਕ ਸਵਾਦ ਆਉਂਦਾ ਜਦੋਂ ਆਪਣੇ ਪੰਜਾਬੀ ਭਰਾਵਾਂ ਦੇ ਕਮੈਂਟ ਆਉਂਦੇ ਨੇ। ਕਮੈਂਟ ਕਰੋ ਤੇ ਸ਼ੇਅਰ ਲਾਈਕ ਜ਼ਰੂਰ ਕਰੋ।